ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਈ ਟੀ ਗਾਈਡ ਪੰਜਾਬੀ ਚੈਨਲ ਤੁਹਾਡਾ ਸਵਾਗਤ ਹੈ। ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕੁਝ ਚੇਂਜਸ ਜਿਹੜੇ ਪੀ ਟੀ ਐਗਜ਼ਾਮ ਵਿੱਚ ਹੋਣ ਜਾ ਰਹੇ ਨੇ, ਸ਼ਾਇਦ 16th of November ਨੂੰ ਹੋ ਜਾਣਗੇ ਲਾਗੂ। ਮੇਨ ਚੀਜ਼ ਇਹ ਵੀ ਟਾਈਮਿੰਗ ਹੀ ਚੇਂਜ ਹੋਈ ਹੈ ਸਿਰਫ, ਅਤੇ ਇਹ ਟਾਈਮਿੰਗ ਐ ਲਾ ਲਓ ਵੀ 2 ਘੰਟੇ 45 ਮਿੰਟ ਤੋਂ ਲੈ ਕੇ 3 ਘੰਟੇ 15 ਮਿੰਟ ਤੱਕ ਟੈਸਟ ਹੁੰਦਾ ਸੀ, ਹੁਣ ਉਹਨਾਂ ਨੇ ਸਿਰਫ 2 ਘੰਟਿਆਂ ਦਾ ਰੱਖਤਾ। ਅਤੇ ਥੋੜ੍ਹਾ ਆਪਾਂ ਡਿਟੇਲ ਵਿੱਚ ਅੱਗੇ ਦੇਖਦੇ ਹਾਂਗੇ, ਵੀਡੀਓ ਜ਼ਿਆਦਾ ਲੰਬੀ ਨਹੀਂ ਹੈਗੀ ਤਾਂ ਕੋਸ਼ਿਸ਼ ਕਰੋ ਵੀ ਵੀਡੀਓ ਐਂਡ ਤੱਕ ਦੇਖਿਓ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂਗੇ ਸਪੀਕਿੰਗ ਅਤੇ ਰਾਈਟਿੰਗ ਬਾਰੇ। ਪਰਸਨਲ ਇੰਟਰੋਡਕਸ਼ਨ ਨੂੰ ਛੱਡ ਦਿੰਦੇ ਕਿਉਂਕਿ ਇਹ ਤਾਂ 1 ਮਿੰਟ ਪਹਿਲਾਂ ਵੀ ਸੀ ਅਤੇ ਹੁਣ ਕੋਈ ਚੇਂਜ ਨਹੀਂ ਕੀਤਾ। ਸਪੀਕਿੰਗ ਅਤੇ ਰਾਈਟਿੰਗ 'ਚ ਪਹਿਲਾਂ ਹੁੰਦੇ ਸੀ 77 ਤੋਂ 93 ਮਿੰਟ, ਮਤਲਬ ਐਂ ਲਾ ਲਓ ਵੀ 1.5 ਘੰਟਾ ਹੁੰਦਾ ਸੀ, ਉਹ ਘਟਾ ਕੇ ਹੁਣ ਇਹਨਾਂ ਨੇ ਸਿਰਫ 1 ਘੰਟਾ ਰੱਖਤਾ 54 ਤੋਂ ਲੈ ਕੇ 67 ਮਿੰਟ ਤੱਕ। ਅਤੇ ਰੀਡਿੰਗ ਵਿੱਚ ਪਹਿਲਾਂ ਰੀਡਿੰਗ ਕੋਈ ਐਡਾ ਕੋਈ ਖਾਸ ਚੇਂਜ ਨਹੀਂ ਕੀਤਾ ਹੈਗਾ, ਥੋੜ੍ਹੇ 9-8 ਮਿੰਟ ਹੀ ਘਟਾਏ ਨੇ ਅਤੇ ਥੋੜ੍ਹਾ ਸੇਮ ਵਾਂਗੂ ਹੀ ਹੈ। ਅਤੇ ਲਿਸਨਿੰਗ ਵਿੱਚ ਥੋੜ੍ਹਾ ਫਰਕ ਪਿਆ ਹੈਗਾ, 15-20 ਮਿੰਟ ਦਾ ਫਰਕ ਪਿਆ ਗਿਆ, ਜਿਵੇਂ 47 ਤੋਂ 57 ਘੰਟੇ ਦੀ ਹੁੰਦੀ ਸੀ, ਹੁਣ ਇਹ ਅੱਧੇ ਤੋਂ 1.25 ਘੰਟੇ ਦੀ ਕਰਤੀ 43 ਮਿੰਟ ਤੱਕ। ਓਵਰਆਲ ਜਿਹੜਾ ਟੈਸਟ ਹੁੰਦਾ ਸੀ ਪਹਿਲਾਂ, ਓਵਰਆਲ ਟੈਸਟ ਹੁੰਦਾ ਸੀ ਪਹਿਲਾਂ 2 ਘੰਟੇ 45 ਮਿੰਟ ਤੋਂ ਲੈ ਕੇ 3 ਘੰਟਿਆਂ ਤੱਕ ਦਾ, 3 ਘੰਟੇ 15 ਮਿੰਟ ਵੀ ਹੋ ਜਾਂਦੇ ਸੀ, ਤਾਂ ਵੀ ਉਹਨਾਂ ਨੇ ਹੁਣ ਘਟਾ ਕੇ ਸਿਰਫ 2 ਘੰਟਿਆਂ ਦਾ ਹੀ ਕਰਤਾ। ਆਹ ਦੇਖੋ, ਅਤੇ ਆਪਾਂ ਦੇਖਦੇ ਨੈਕਸਟ ਚੇਂਜ ਸਿਰਫ ਵੀ ਇਕੱਲੇ ਟਾਸਕ ਵਿੱਚ ਕੀ ਚੇਂਜ ਕੀਤਾ ਇਕੱਲੇ ਮੋਡਿਊਲ ਵਿੱਚ। ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਪਰਸਨਲ ਇੰਟਰੋਡਕਸ਼ਨ ਸੇਮ ਹੈ, ਰੀਡ ਅਲਾਊਡ ਵੀ ਸੇਮ ਨੇ, ਕਿਉਂਕਿ ਰੀਡ ਅਲਾਊਡ ਅਤੇ ਰਿਪੀਟ ਸੈਂਟੈਂਸ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਨੇ ਸਪੀਕਿੰਗ 'ਚ, ਤਾਂ ਕਰਕੇ ਇਹਨਾਂ ਦਾ ਟਾਈਮ ਨਹੀਂ ਚੇਂਜ ਕੀਤਾ, ਇਹ ਸੇਮ ਹੀ ਨੇ, ਨਾ ਟਾਈਮ ਚੇਂਜ ਕੀਤਾ, ਟਾਈਮ ਨਹੀਂ ਸੋਰੀ, ਇਹਨਾਂ ਦੀ ਕੁਆਂਟਿਟੀ ਉਹੀ ਹੈ, ਇਹ 19 ਦੇ 19 ਹੀ ਆ ਰਹੇ ਨੇ ਜਿੰਨੇ ਪਹਿਲਾਂ ਸੀ। ਅਤੇ ਡਿਸਕ੍ਰਾਈਬ ਇਮੇਜ ਇਹ ਹੁਣ ਇਹਨਾਂ ਨੇ ਘਟਾ ਤੀਆਂ, 6 ਤੋਂ 7 ਹੁੰਦੀਆਂ ਸੀ, ਹੁਣ ਇਹਨਾਂ ਨੇ 3 ਤੋਂ 4 ਹੀ ਰੱਖਤੀਆਂ। ਅਤੇ ਰੀਟੇਲ ਲੈਕਚਰ ਵੀ ਟਾਈਮ ਜ਼ਿਆਦਾ ਲੱਗਦਾ ਸੀ, ਅਤੇ 3 ਤੋਂ 4 ਹੁੰਦੀਆਂ ਸੀ, ਇਹ ਵੀ 1 ਤੋਂ 2 ਕਰਤੀਆਂ। ਐਵੇਂ ਸ਼ੋਰਟ ਆਂਸਰ ਟਾਈਪ ਕੁਐਸਚਨ ਹੁੰਦੇ ਸੀ ਜਿਹੜੇ, ਇਹ ਵੀ ਕੋਈ ਐਡੇ ਖਾਸ ਹੁੰਦੇ ਨਹੀਂ ਸੀਗੇ, ਸਿਰਫ 1-1 ਵਰਡ ਦੇ ਹੁੰਦੇ ਸੀ, ਇਹ ਵੀ ਘਟਾ ਕੇ ਇਹਨਾਂ ਨੇ 5 ਤੋਂ 6 ਰੱਖਤੇ 10 ਤੋਂ 12 ਤੋਂ। ਅਤੇ ਸਮਰਾਈਜ਼ ਰਿਟਨ ਟੈਸਟ ਇਹ 2 ਤੋਂ 3 ਹੁੰਦੇ ਸੀ, 1 ਤੋਂ, ਇਹ ਵੀ ਇਹਨੂੰ ਕੋਈ ਫਰਕ ਪਾਇਆ ਨਹੀਂ। ਅਤੇ ਐਸੇ ਸੇਮ ਹੈ, ਅਤੇ ਕੁਐਸਚਨ ਰੇਂਜ ਦੇਖ ਲਓ ਟੋਟਲ ਹੁਣ ਇਹਨਾਂ ਦੀ ਸਪੀਕਿੰਗ ਅਤੇ ਰਾਈਟਿੰਗ, ਪਹਿਲਾਂ 39 ਤੋਂ 48 ਹੁੰਦੀ ਸੀ, ਹੁਣ ਇਹਨਾਂ ਨੇ ਘਟਾ ਕੇ 28 ਤੋਂ 36 ਹੀ ਰੱਖਤੀ ਸਿਰਫ। ਹੁਣ ਆਪਾਂ ਗੱਲ ਕਰਦੇ ਹਾਂ ਰੀਡਿੰਗ ਦੀ, ਰੀਡਿੰਗ ਵਿੱਚ ਫਿਲ ਇਨ ਦਾ ਬਲੈਂਕਸ ਰੀਡਿੰਗ ਰਾਈਟਿੰਗ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਨੇ, ਤਾਂ ਇਹ ਇਹਨਾਂ ਨੇ ਹੀ 19 ਹੀ ਰੱਖੀਆਂ ਨੇ। ਅਤੇ ਮਲਟੀਪਲ ਚੋਇਸ ਮਲਟੀਪਲ ਆਨਸਰਸ ਇਹ ਥੋੜ੍ਹੇ ਜਿਹੇ ਐਂ ਸਮਝ ਲਓ ਵੀ ਹੁੰਦੇ ਠੀਕ ਹੁੰਦੇ ਸੀ, ਥੋੜ੍ਹੇ ਥੋੜ੍ਹੇ ਔਖੇ ਲੱਗਦੇ ਹੁੰਦੇ ਸੀ, ਇਹ ਟਾਈਮ ਜ਼ਿਆਦਾ ਕੰਜ਼ੂਮ ਕਰਦੇ ਹੁੰਦੇ ਸੀ, ਤਾਂ ਕਰਕੇ ਇਹ ਵੀ 1 ਤੋਂ 2 ਹੀ ਰੱਖਦੇ ਹਾਂ 2-3 ਤੋਂ। ਅਤੇ ਰੀਅਰਡ ਪੈਰਾਗ੍ਰਾਫ ਇਹ ਵੀ ਸੇਮ ਨੇ, ਫਿਲ ਇਨ ਦਾ ਬਲੈਂਕਸ ਸੇਮ ਨੇ, ਅਤੇ ਮਲਟੀਪਲ ਚੋਇਸ ਸਿੰਗਲ ਆਂਸਰ ਕੁਐਸਚਨ ਇਹ ਇਹਨਾਂ ਨੇ ਘਟਾਤੇ, ਪਹਿਲਾਂ 2-3 ਹੁੰਦੇ ਸੀ, 1-2 ਰਹਿ ਗਏ, ਵੈਸੇ 2 ਲਗਭਗ 2 ਹੀ ਆਉਂਦੇ ਹੁੰਦੇ ਸੀ ਪਹਿਲਾਂ ਵੀ, ਹੁਣ ਵੀ 2 ਹੀ ਆਇਆ ਕਰਨਗੇ, ਕਦੀ 1 ਆਉਂਦਾ ਗਾ। ਇਸ ਤੋਂ ਬਾਅਦ ਕੁਐਸਚਨ ਰੇਂਜ ਤੁਸੀਂ ਦੇਖ ਲਓ, ਹੁਣ ਪਹਿਲਾਂ 15-20 ਹੁੰਦੇ ਸੀ, ਹੁਣ 13-18, ਕੋਈ ਐਡਾ ਕੋਈ ਖਾਸ ਫਰਕ ਨਹੀਂ ਪਿਆ ਹੈਗਾ। ਹੁਣ ਲਾਸਟ 'ਤੇ ਆਪਾਂ ਗੱਲ ਕਰਦੇ ਲਿਸਨਿੰਗ ਦੀ, ਲਿਸਨਿੰਗ ਵਿੱਚ ਵੀ 15 ਮਿੰਟ ਦਾ ਲਗਭਗ ਫਰਕ ਹੈਗਾ, ਸਭ ਤੋਂ ਜ਼ਿਆਦਾ ਫਰਕ ਹਰ ਸਪੀਕਿੰਗ ਅਤੇ ਰਾਈਟਿੰਗ 'ਚ ਪਿਆ, ਲਗਭਗ 1.5 ਘੰਟੇ ਦਾ ਫਰਕ ਪਿਆ ਹੈਗਾ, 30 ਮਿੰਟ ਤੋਂ ਲੈ ਕੇ 32-33 ਮਿੰਟ ਤੱਕ ਦਾ ਫਰਕ ਆ ਉਹਦੇ ਵਿੱਚ ਸਪੀਕਿੰਗ ਅਤੇ ਰਾਈਟਿੰਗ 'ਚ। ਅਤੇ ਲਿਸਨਿੰਗ 'ਚ 15 ਮਿੰਟ ਦਾ ਫਰਕ ਹੀ ਪਾਇਆ ਇਹਨਾਂ ਨੇ। ਅਤੇ ਇਹਦੇ ਵਿੱਚ ਦੇਖ ਲਓ ਸਮਰਾਈਜ਼ ਸਪੋਕਨ ਟੈਸਟ ਹੈ, 2 ਤੋਂ 3 ਤੋਂ ਲੈ ਕੇ 1 ਤੋਂ 2 ਰੱਖਤੇ ਇਹਨਾਂ ਨੇ, ਮਤਲਬ 3 ਪਹਿਲਾਂ 3 ਹੋਏ 2 ਅਤੇ ਹੁਣ 1 ਤੋਂ 2 ਹੀ ਰਹਿ ਗਏ। ਸੇਮ ਇਹਨਾਂ ਨੇ ਮਲਟੀਪਲ ਚੋਇਸ ਮਲਟੀਪਲ ਆਨਸਰਸ ਕੀਤਾ, ਫਿਰ ਇਹਨਾਂ ਦਾ ਬਲੈਂਕ ਸੇਮ ਰੱਖੀਆਂ ਨੇ। ਅਤੇ ਹਾਈਲਾਈਟ ਕਰੈਕਟ ਸਮਰੀ ਇਹ ਵੀ ਉਹੀ 2 ਤੋਂ 3 ਹੁੰਦੀਆਂ ਸੀ, ਸੇਮ ਥੱਲੇ ਮਲਟੀਪਲ ਚੋਇਸ ਸਿੰਗਲ ਆਨਸਰ ਸਿਲੈਕਟ ਮਿਸਿੰਗ ਵਰਡ ਇਹਨਾਂ ਨੂੰ 1 ਤੋਂ 2 ਰੱਖਤਾ ਹੁਣ ਇਹਨਾਂ 3 ਚੀਜ਼ਾਂ ਨੂੰ। ਅਤੇ ਹਾਈਲਾਈਟ ਇਨਕਰੈਕਟ ਵਰਡ ਇਹਨਾਂ 'ਚ ਨੰਬਰ ਬਹੁਤ ਜ਼ਿਆਦਾ ਆਉਂਦੇ ਨੇ, ਇਹਨਾਂ ਨੂੰ ਧਿਆਨ ਨਾਲ ਕਰਿਆ ਕਰੋ, ਇਹਦੇ ਨੰਬਰ ਰੀਡਿੰਗ 'ਚ ਵੀ ਜਾਂਦੇ ਨੇ। ਅਤੇ ਰਾਈਟ ਫਰੋਮ ਡਿਕਟੇਸ਼ਨ ਇਹ ਵੀ 3 ਤੋਂ 4 ਸੇਮ ਹੀ ਨੇ, ਮਤਲਬ 15 ਮਿੰਟ ਦਾ ਫਰਕ ਸਿਰਫ ਇਹਨਾਂ 5 ਟਾਸਕਾਂ ਨਾਲ 15 ਮਿੰਟ ਦਾ ਫਰਕ ਪਾਤਾ। ਅਤੇ ਕੁਐਸਚਨ ਰੇਟ 17 ਤੋਂ 25 ਹੁੰਦੀ ਸੀ, ਹੁਣ 12 ਤੋਂ 20 ਰਹਿ ਗਈ। ਦੇਖਣ ਨੂੰ ਤਾਂ ਲੱਗਦਾ ਵੀ ਥੋੜ੍ਹੇ ਬਹੁਤ ਫਰਕ ਆ, ਪਰ ਇਹਦੇ ਨਾਲ ਬਹੁਤ ਜ਼ਿਆਦਾ ਟਾਈਮਿੰਗ ਦਾ ਫਰਕ ਪੈ ਗਿਆ। ਹੁਣ ਟੋਟਲ ਜੇ ਆਪਾਂ ਦੇਖੀਏ, ਦੁਬਾਰਾ ਦੇਖੀਏ ਇੱਕ ਵਾਰ, ਪਹਿਲਾਂ ਦੱਸਤਾ ਵੈਸੇ ਮੈਂ ਵੀ ਓਵਰਆਲ ਟੈਸਟਿੰਗ ਟਾਈਮ 2 ਘੰਟੇ ਰਹਿ ਚੁੱਕੇ ਨੇ, ਮਤਲਬ ਕਿ ਜੇ ਆਪਾਂ ਵਧੀਆ ਕੋਈ ਖਿੱਚੇ ਕਰਦਾ ਬੰਦਾ ਤਾਂ 1.5 ਘੰਟਾ 1.5-2 ਘੰਟਿਆਂ ਵਿੱਚ ਖਤਮ ਕਰਕੇ ਬਾਹਰ ਆ ਜਾ ਕਰੂਗਾ। ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੁਣ, ਪਰ ਜੇ ਫਿਰ ਵੀ ਨਾ ਕੋਈ ਸਮਝ ਆਇਆ ਤਾਂ ਤੁਸੀਂ ਕਮੈਂਟ ਕਰ ਦਿਓ ਅਤੇ ਮੈਂ ਇੱਥੋਂ ਪੁੱਛ ਲਿਓ, ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਕਮੈਂਟਸ ਵਿੱਚ ਪੂਰੀ। ਅਤੇ ਮਿਲਦੇ ਅਗਲੀ ਵੀਡੀਓ ਵਿੱਚ।
ते जिन्हें वीडियो अभी तक लाइक नहीं करी लाइक करो, चैनल सब्सक्राइब नहीं करता चैनल सब्सक्राइब करो। चलो मिलते हैं अगली वीडियो।